ਅਸੀਂ ਅਜਿਹੇ ਯੁੱਗ ਵਿੱਚ ਜੀ ਰਹੇ ਹਾਂ ਜਿੱਥੇ ਸੰਪਰਕ ਕਰਨਾ ਪਹਿਲਾਂ ਤੋਂ ਬਹੁਤ ਸੌਖਾ ਹੈ। ਜਿਵੇਂ ਦੁਨੀਆ 'ਚ ਕੁਝ ਹੁੰਦਾ ਹੈ ਸਾਨੂੰ ਉਸੇ ਵੇਲੇ ਪਤਾ ਚੱਲ ਜਾਂਦਾ ਹੈ, ਪਰ ਇੰਨੀ ਜਾਣਕਾਰੀ ਇੰਨੀ ਆਸਾਨੀ ਨਾਲ ਉਪਲਬਧ ਹੋਣ ਕਰਕੇ ਸੱਚਮੁੱਚ ਮਹੱਤਵਪੂਰਨ ਚੀਜ਼ਾਂ ਨੂੰ ਉੱਚੀਆਂ ਗੱਲਾਂ ਤੋਂ ਅੱਡ ਕਰਨਾ ਔਖਾ ਹੋ ਜਾਂਦਾ ਹੈ। ਬਹੁਤ ਲੋਕਾਂ ਨੂੰ ਬਾਈਬਲ ਥੋੜ੍ਹੀ ਪੁਰਾਣੀ, ਅਕਾਣ ਵਾਲੀ ਜਾਂ ਸਮਝਣ ਵਿੱਚ ਔਖੀ ਲੱਗਦੀ ਹੈ। 21ਵੀਂ ਸਦੀ ਵਿੱਚ ਬਾਈਬਲ ਸਾਨੂੰ ਕੀ ਕਹਿ ਸਕਦੀ ਹੈ? ਕੀ ਮੈਂ ਕਦੇ ਬਾਈਬਲ ਪੜ੍ਹੀ? ਨਹੀਂ। ਹਾਂਜੀ, ਮੈਂ ਬਾਈਬਲ ਦੇ ਕੁਝ ਹਿੱਸੇ ਪੜ੍ਹੇ, ਪਰ ਪੂਰੀ ਬਾਈਬਲ ਨਹੀਂ ਪੜ੍ਹੀ। ਬਚਪਨ ਵਿੱਚ ਪੜ੍ਹੀ ਸੀ। ਸਾਡੇ ਕੋਲ ਆਪਣੇ ਲਈ ਇੱਕ ਖਾਸ ਬਾਈਬਲ ਹੁੰਦੀ ਸੀ। ਸਾਡੇ ਲਈ ਇੱਕ ਬੱਚਿਆਂ ਵਾਲੀ ਬਾਈਬਲ ਹੁੰਦੀ ਸੀ ਜਿਸ ਦੇ ਵਿੱਚ ਯਿਸੂ ਅਤੇ ਬੱਚੇ ਹੁੰਦੇ ਸੀ, ਇਦਾਂ ਦੇ ਕੁਝ। ਹਾਂਜੀ, ਪ੍ਰਾਇਮਰੀ ਸਕੂਲ 'ਚ ਮੈਂ ਉਹ ਪੜ੍ਹੀ ਸੀ। ਮੈਂ ਧਿਆਨ ਨਾਲ ਨਹੀਂ ਪੜ੍ਹੀ। ਹਾਂਜੀ, ਮਤੀ, ਮਰਕਸ, ਯੋਹੰਨਾ ਅਤੇ ਹੋਰ ਪ੍ਰੇਰਿਤ। ਮੈਂ ਉਸ ਬੰਦੇ ਬਾਰੇ ਜਾਣਦਾ ਹਾਂ ਜੋ ਰੰਗੀਨ ਚੋਲਾ ਪਾਉਂਦਾ ਸੀ। ਮੇਰੇ ਖਿਆਲ ਨਾਲ ਬਾਈਬਲ ਲਾਭਦਾਈ ਹੈ। ਸ਼ਾਇਦ ਉਹਦੇ ਕੁਝ ਹਿੱਸੇ ਬੇਸ਼ੱਕ ਲਾਭਦਾਈ ਹਨ, ਪਰ ਉਹਦਾ ਬਹੁਤ ਵੱਡਾ ਹਿੱਸਾ ਅੱਜ ਕੱਲ੍ਹ ਸ਼ਾਇਦ ਲਾਗੂ ਨਾ ਹੋਵੇ। ਮੈਨੂੰ ਸੱਚਮੁੱਚ ਬਾਈਬਲ 'ਚ ਕੁਝ ਵੀ ਯਾਦ ਨਹੀਂ ਹੈ। ਮੇਰੇ ਖਿਆਲ 'ਚ ਜੋ ਸਾਨੂੰ ਸਿਖਾਉਂਦੀ ਹੈ ਕਾਫੀ ਲਾਭਦਾਇਕ ਹੈ। ਅੱਜ ਸ਼ਾਇਦ ਉਹ ਕੁਝ ਲੋਕਾਂ ਲਈ ਲਾਭਦਾਈ ਹੋਵੇ, ਪਰ ਮੇਰੇ ਲਈ ਨਹੀਂ। ਮੈਨੂੰ ਬਾਈਬਲ ਕਦੇ ਪ੍ਰੇਰਿਤ ਕਰਨ ਵਾਲੀ ਤੇ ਕਦੇ ਹਤਾਸ਼ ਕਰਨ ਵਾਲੀ ਲੱਗਦੀ ਹੈ। ਅਠਾਰਵੀਂ ਸਦੀ ਵਿੱਚ ਫਰਾਂਸ ਦੇ ਦਾਰਸ਼ਨਿਕ ਵੋਲਟਾਇਰ ਨੇ ਅਗਮਬਾਗ ਕਿਹਾ ਸੀ ਕਿ ਉਹਨਾਂ ਦੇ ਜੀਵਨ ਦੇ 100 ਸਾਲਾਂ 'ਚ ਬਾਈਬਲ ਮਿਊਜ਼ੀਅਮ ਵਿੱਚ ਰੱਖ ਕੇ ਉਹਦੀ ਥਾਂ ਹੋਰ ਆਧੁਨਿਕ ਦਰਸ਼ਨ ਸ਼ਾਸਤਰ ਨੂੰ ਦਿੱਤੀ ਜਾਏਗੀ। ਪਰ ਬਾਈਬਲ ਅੱਜ ਵੀ ਦੁਨੀਆ ਦੀ ਸਭ ਤੋਂ ਮਸ਼ਹੂਰ ਕਿਤਾਬ ਹੈ। ਉਹ ਹਮੇਸ਼ਾ ਤੋਂ ਸਭ ਤੋਂ ਸਫਲ ਸਾਹਿਤਕ ਰਚਨਾ ਰਹੀ ਹੈ। ਹਰ ਸਾਲ 10 ਕਰੋੜ ਬਾਈਬਲਾਂ ਜਾਂ ਤੇ ਵਿਕਦੀਆਂ ਹਨ ਜਾਂ ਵੰਡੀਆਂ ਜਾਂਦੀਆਂ ਹਨ। ਯੂ ਵਰਜ਼ਨ ਬਾਈਬਲ ਐਪ ਨੂੰ ਤਕਰੀਬਨ 20 ਕਰੋੜ ਵਾਰ ਡਾਊਨਲੋਡ ਕੀਤਾ ਗਿਆ ਹੈ। ਹਰ ਸਾਲ ਬਾਈਬਲ ਸਾਲ ਦੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਹੁੰਦੀ ਹੈ। ਅਸਲ ਵਿੱਚ ਉਹ ਇੰਨੀ ਮਸ਼ਹੂਰ ਹੈ ਕਿ ਉਹਨੂੰ ਹਰ ਹਫ਼ਤੇ ਦੀ ਸਭ ਤੋਂ ਵੱਧ ਵਿਕਣ ਵਾਲੀ ਸੂਚੀ 'ਚੋਂ ਬਾਹਰ ਰੱਖਦੇ ਹਨ। ਇਹਦੇ 'ਚ ਕੋਈ ਸੰਸ਼ਾ ਨਹੀਂ ਕਿ ਬਾਈਬਲ ਹਰ ਹਫ਼ਤੇ ਸਭ ਤੋਂ ਵੱਧ ਵਿਕਦੀ ਹੈ ਅਤੇ ਵਿਕੇਗੀ। ਬਹੁਤ ਲੋਕ ਕਹਿਣਗੇ ਕਿ ਬਾਈਬਲ ਹਮੇਸ਼ਾ ਲਈ ਸਭ ਤੋਂ ਮਸ਼ਹੂਰ ਕਿਤਾਬ ਹੈ, ਕਿਉਂਕਿ ਉਹ ਸਭ ਤੋਂ ਸ਼ਕਤੀਸ਼ਾਲੀ ਹੈ। ਉਹਦੇ 'ਚ ਲੋਕਾਂ ਅਤੇ ਸਮਾਜਾਂ ਨੂੰ ਬਦਲਣ ਦੀ ਸ਼ਕਤੀ ਹੈ। ਆਪਣੇ ਅਭਿਸ਼ੇਕ ਦੇ ਦਿਨ ਇੰਗਲੈਂਡ ਦੀ ਰਾਣੀ ਨੂੰ ਬਾਈਬਲ ਦਿੱਤੀ ਗਈ, ਜਿਹਦੇ 'ਤੇ ਲਿਖਿਆ ਸੀ, ਅਸੀਂ ਤੁਹਾਨੂੰ ਇਹ ਭੇਂਟ ਦੇ ਰਹੇ ਹਾਂ ਜੋ ਇਸ ਦੁਨੀਆ ਦੀ ਸਭ ਤੋਂ ਬਹੁਮੁੱਲੀ ਚੀਜ਼ ਹੈ। ਬਾਈਬਲ ਅਨਮੋਲ ਅਤੇ ਬੇਸ਼ਕੀਮਤੀ ਹੈ। ਜ਼ੰਬੂਰਾਂ ਦੇ ਲੇਖਕ ਨੇ ਬਾਈਬਲ ਦਾ ਜ਼ਿਕਰ ਸੋਨੇ ਤੋਂ ਵੀ ਬੇਸ਼ਕੀਮਤੀ ਕਹਿ ਕੇ ਕੀਤਾ ਹੈ। ਉਹ ਅਸਲ ਵਿੱਚ ਇੰਨੀ ਬੇਸ਼ਕੀਮਤੀ ਹੈ ਕਿ ਕਈਆਂ ਨੇ ਹੋਰਾਂ ਨੂੰ ਉਹ ਦੱਸਣ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਮਾਰਚ 2009 ਦੀ ਗੱਲ ਹੈ। ਇੱਕ ਦਿਨ ਤੜਕੇ ਸਵੇਰੇ ਮਰਜ਼ੀਏ ਨੂੰ ਇੱਕ ਅਣਜਾਣੇ ਬੰਦੇ ਦਾ ਫੋਨ ਆਇਆ। ਉਹਨੂੰ ਉਹਦੇ ਤੋਂ ਕਿਸੇ ਗੱਡੀ ਦੇ ਕਾਗਜ਼ਾਤਾਂ ਬਾਰੇ ਪੁੱਛਣਾ ਸੀ ਤੇ ਉਹਨੂੰ ਪੁਲਿਸ ਚੌਕੀ ਆਉਣ ਨੂੰ ਕਿਹਾ ਗਿਆ। ਸਾਨੂੰ ਨਹੀਂ ਪਤਾ ਕਿਉਂ ਅਤੇ ਕੀ ਹੋਣ ਵਾਲਾ ਸੀ, ਪਰ ਅਸੀਂ ਰਲ ਕੇ ਪ੍ਰਾਰਥਨਾ ਕੀਤੀ ਅਤੇ ਉਹ ਫਿਰ ਪੁਲਿਸ ਚੌਕੀ ਚਲੀ ਗਈ। ਮੈਂ ਮਰਜ਼ੀਏ ਦੇ ਪੁਲਿਸ ਚੌਕੀ ਤੋਂ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਅਚਾਨਕ ਮੈਂ ਉਹਦੀ ਆਵਾਜ਼ ਸੁਣੀ। ਬੂਹੇ ਦੇ ਪਿੱਛੇ ਕਈ ਹੋਰ ਬੰਦੇ ਸਨ। ਮੈਂ ਉਹਨੂੰ ਉੱਥੇ 3 ਸਿਪਾਹੀਆਂ ਨਾਲ ਖਲੋਤੇ ਵੇਖਿਆ। ਮੈਨੂੰ ਬਹੁਤ ਧੱਕਾ ਲੱਗਿਆ। ਉਹਨਾਂ ਨੇ ਸਭ ਕੁਝ ਉਲਟ ਪੁਲਟ ਕਰ ਦਿੱਤਾ ਅਤੇ ਉਹ ਸਾਨੂੰ ਦੋਹਾਂ ਨੂੰ ਸਾਡੇ ਸਾਰੇ ਸਮਾਨ ਨਾਲ ਲੈ ਗਏ, ਜਿਵੇਂ ਬਾਈਬਲ, ਯੇਸੂ ਬਾਰੇ ਫਿਲਮਾਂ, ਸਭ ਚੌਕੀ 'ਚ ਲੈ ਗਏ। ਸਾਡੇ ਕੋਲ ਕਈ ਘੰਟੇ ਸਵਾਲ ਕੀਤੇ ਗਏ। ਮੇਰੇ ਖਿਆਲ ਨਾਲ ਉਹ ਪਹਿਲਾ ਦਿਨ ਸੀ ਜਦੋਂ ਉਹਨਾਂ ਨੇ ਸਾਨੂੰ ਸਰੀਰਕ ਅਤਿਆਚਾਰ ਦਾ ਡਰ ਦਿਖਾਇਆ ਉਸ ਹਨੇਰੀ ਕੋਠੜੀ ਵਿੱਚ। ਅਸੀਂ ਇੱਕ ਦੂਸਰੇ ਨੂੰ ਗਲੇ ਲਗਾਇਆ ਅਤੇ ਅਲਵਿਦਾ ਕਿਹਾ, ਕਿਉਂਕਿ ਅਸੀਂ ਸੋਚਿਆ ਕਿ ਉਹ ਧਰਤੀ 'ਤੇ ਸਾਡਾ ਅੰਤਿਮ ਦਿਨ ਸੀ। ਮੈਨੂੰ ਯਾਦ ਹੈ ਉਹਨਾਂ ਘੜੀਆਂ 'ਚ ਉਸ ਹਨੇਰੀ ਕੋਠੜੀ 'ਚ ਅਸੀਂ ਇੱਕ ਹੀ ਕੰਮ ਕਰ ਸਕਦੇ ਸੀ, ਉਹ ਸੀ ਇੱਕ ਦੂਜੇ ਲਈ ਪ੍ਰਾਰਥਨਾ। ਅਸੀਂ ਜਦ ਪਹਿਲੀ ਵਾਰ ਮਿਲੇ ਤਾਂ ਉਹ ਸਨ 2005 ਸੀ ਅਤੇ ਧਰਮ ਦੇ ਬਾਰੇ ਆਪਣਾ ਕੋਰਸ ਪੂਰਾ ਕਰਨ ਬਾਅਦ ਦੋਹਾਂ ਨੂੰ ਸਾਨੂੰ ਮਹਿਸੂਸ ਹੋਇਆ ਕਿ ਸਾਨੂੰ ਦੋਹਾਂ ਨੂੰ ਇੱਕੋ ਜਿਹਾ ਉਤਸ਼ਾਹ ਸੀ ਆਪਣੇ ਦੇਸ਼ 'ਤੇ ਉੱਥੇ ਪਰਤ ਜਾਣ ਦੇ ਲਈ ਅਤੇ ਇਸ ਸੰਦੇਸ਼ ਨੂੰ ਲੋਕਾਂ ਨੂੰ ਦੱਸਣ ਲਈ। ਇਸ ਲਈ ਭਾਵੇਂ ਅਸੀਂ ਜਾਣਦੇ ਸੀ ਕਿ ਉਹਦੇ 'ਚ ਕਿੰਨਾ ਖਤਰਾ ਸੀ, ਅਸੀਂ ਜਾਣ ਦਾ ਫੈਸਲਾ ਕੀਤਾ। ਅਸੀਂ ਆਪਣੇ ਪਾਦਰੀ ਨੂੰ ਫੋਨ ਕੀਤਾ, ਉਹ ਲੰਡਨ ਵਿੱਚ ਸਨ। ਅਸੀਂ ਉਹਨਾਂ ਨੂੰ ਹਜ਼ਾਰਾਂ ਬਾਈਬਲਾਂ ਭੇਜਣ ਨੂੰ ਕਿਹਾ। ਉਹਨਾਂ ਲਈ ਇਹ ਸੌਖਾ ਨਹੀਂ ਸੀ। ਅਸੀਂ ਨਵੇਂ ਨੇਮ ਪ੍ਰਾਪਤ ਕੀਤੇ, ਆਪਣਾ ਪਹਿਲਾ ਮਿਸ਼ਨ ਆਰੰਭ ਕੀਤਾ ਅਤੇ ਅਸੀਂ ਤਕਰੀਬਨ ਰਾਤ ਨੂੰ ਆਪਣੇ ਬੈਕਪੈਕ ਵਿੱਚ 40 ਨਵੇਂ ਨੇਮ ਲੈ ਕੇ ਨਿਕਲਦੇ ਸੀ, ਉਹਨੂੰ ਲੈਟਰ ਬਕਸਾਂ ਵਿੱਚ ਪਾਉਂਦੇ ਸੀ। ਅਤੇ ਮੈਨੂੰ ਯਾਦ ਹੈ ਕਈ ਵਾਰ ਉਸ ਸਰਦੀਆਂ ਦੇ ਦਿਨ ਹੁੰਦੇ ਸਨ, ਕਈ ਘੰਟੇ ਸਾਨੂੰ ਤੁਰਨਾ ਪੈਂਦਾ ਸੀ, ਤਕਰੀਬਨ 8 ਤੇ 9 ਘੰਟੇ। ਅਤੇ 3 ਸਾਲ ਦੇ ਬਾਅਦ ਅਸੀਂ 20,000 ਨਵੇਂ ਨੇਮ ਵੰਡੇ ਸਨ। ਸਾਡੇ ਕੋਲ ਹੈਰਾਨ ਕਰਨ ਵਾਲੀਆਂ ਕਹਾਣੀਆਂ ਸਨ ਕਿ ਪਰਮੇਸ਼ਰ ਨੇ ਕਿਵੇਂ ਸਾਡੀ ਰਾਖੀ ਕੀਤੀ, ਉਹਨਾਂ ਦੇ ਚਮਤਕਾਰ ਅਸੀਂ ਵੇਖ ਸਕਦੇ ਸੀ। ਅਸੀਂ ਬਾਈਬਲਾਂ ਵੰਡ ਰਹੇ ਸੀ, ਲੋਕਾਂ ਨਾਲ ਗੱਲ ਕਰ ਰਹੇ ਸੀ ਅਤੇ ਅਸੀਂ ਆਪਣੇ ਦੋ ਘਰਾਂ ਨੂੰ ਮਿਲਾ ਕੇ ਗਿਰਜੇ ਵਾਂਗ ਬਣਾਇਆ ਸੀ ਅਤੇ ਅਸੀਂ ਜਾਣਦੇ ਸੀ ਕਿ ਉਹਦੇ 'ਚ ਖਤਰਾ ਹੈ। ਅਸੀਂ ਤਕਰੀਬਨ 9 ਮਹੀਨੇ ਜੇਲ੍ਹ 'ਚ ਰਹੇ ਅਤੇ ਸਾਨੂੰ 14 ਦਿਨ ਤੱਕ ਅੱਡ ਕੀਤਾ ਗਿਆ। ਸਾਨੂੰ ਅਕੇਲਿਆਂ ਹੀ ਬੰਦ ਕੀਤਾ ਗਿਆ ਸੀ।
मैं कह सकती हां कि उना 9 महीनियां च साडे ते तकरीबन 10 मुकदमे होए 10 कोर्ट विच अते हर एक कोर्ट विच जज अते पूछताछ करन वाले सानू फांसी ते चढ़ाण दी धमकी देंदे अते ओ साडे ते दबाव पांदे ताकि असी यीशु ते अपने विश्वास तो मुकर जाइए। साडे कोल बाइबल नहीं सी पर असी बाइबल दे वचनां नाल जीवना सिख लिया। असी रोज प्रार्थना करदे परमेश्वर नू उना वचनां ते अमल करन दी शक्ति देण वास्ते कहंदे ते मंगदे कि असी अपने सलूक राही कैदियां नू परमेश्वर विखा सकीए। अते ए होण लग पिया 9 महीने होण बाद असी ए सुनिया कि दुनिया दे वख वख हिस्सियां विच साडे किन्ने समर्थक सन अते उन्हां सब समर्थकां करके सरकार नू अपनी इच्छा दे विरुद्ध सानू छड़ना ही पिया। मर्जिया ने उन्हां बाइबलां दी गल कीती है जो असी वंड रहे सी। उन्हीं दिनां च असी उन्हां बाइबलां लई प्रार्थना कर रहे सी। सानू ए नहीं पता सी कि ओ किनू मिलन गियां। मैनू याद है 2 साल पहले असी आस्ट्रेलिया च सी अते सानू एक गिरजे ते सद्या गया। साडे प्रचार तो बाद एक जोड़ा मंच ते आया अते ओ दोवे रोंदे पए सन अते उन्हां ने अपनी कहानी दसनी आरंभ कीती। उन्हां ने दस्या कि उन्हां दी पत्नी नू अपने लेटर बॉक्स चों एक बाइबल मिली जो असी ही पाई सी। उन्हां नू बाइबल मिली अते पूरे परिवार ने मसीह नू स्वीकार किया उन्हां नवे नियमां नू पढ़ के जो असी उन्हां दे लेटर बॉक्स विच पाई सी। बाइबल परमेश्वर तो प्रेरित है। पौलुस रसूल लिखते हैं सारी लिखत परमेश्वर दे आत्मा तो है। ਉਹ ਇੱਥੇ ਜੋ ਸ਼ਬਦ ਵਾਪਰਦੇ ਹਨ ਯੂਨਾਨੀ ਭਾਖਿਆ ਦੇ ਉਸ ਅੱਖਰ ਦਾ ਅਰਥ ਹੈ ਉਹਦੇ 'ਚ ਜੀਵਨ ਹੈ। ਸਾਰੀ ਲਿਖਤ ਪਰਮੇਸ਼ਵਰ ਤੋਂ ਹੈ। ਮੈਂ ਕਿਉਂ ਮੰਨਦਾ ਹਾਂ ਕਿ ਬਾਈਬਲ ਪਰਮੇਸ਼ਵਰ ਤੋਂ ਪ੍ਰੇਰਿਤ ਹੈ? ਮੈਂ ਤੁਹਾਨੂੰ ਇਹਦੇ 3 ਸੌਖੇ ਕਾਰਨ ਦੱਸਦਾ ਹਾਂ। ਉਹ ਇੱਦਾਂ ਦਾਅਵਾ ਕਰਦੀ ਹੈ, ਇੱਦਾਂ ਅਨੁਭਵ ਹੁੰਦੀ ਹੈ ਅਤੇ ਉਹ ਸਾਬਤ ਕਰਦੀ ਹੈ, ਉਹ ਦਾਅਵਾ ਕਰਦੀ ਹੈ। ਇੱਕ ਉਦਾਹਰਣ ਹੈ, ਪੌਲੁਸ ਕਹਿੰਦੇ ਹਨ ਸਾਰੀ ਲਿਖਤ ਪਰਮੇਸ਼ਵਰ ਤੋਂ ਹੈ। ਇੱਦਾਂ ਅਨੁਭਵ ਹੁੰਦੀ ਹੈ ਜਦ ਅਸੀਂ ਉਹ ਪੜ੍ਹਦੇ ਹਾਂ ਤਾਂ ਉਹ ਸੱਚ ਜਾਪਦੀ ਹੈ ਅਤੇ ਸੱਚ ਸਾਬਤ ਹੁੰਦੀ ਹੈ। ਮੈਂ ਆਪਣੇ ਜੀਵਨ 'ਚ ਵੇਖਿਆ, ਇਹਦੇ 'ਤੇ ਅਮਲ ਕੀਤਾ, ਇਹਨੂੰ ਪੜ੍ਹਿਆ। ਮੈਂ ਪਰਮੇਸ਼ਵਰ ਨੂੰ ਉਹਦੇ ਰਾਹੀਂ ਆਪਣੇ ਨਾਲ ਗੱਲ ਕਰਦਾ ਅਨੁਭਵ ਕੀਤਾ ਅਤੇ ਮੈਂ ਤੁਹਾਨੂੰ ਵੀ ਉਹ ਕਰਨ ਲਈ ਪ੍ਰੇਰਾਂਗਾ। ਉਹਨੂੰ ਅਜ਼ਮਾ ਕੇ ਤੁਸੀਂ ਵੇਖੋਗੇ ਕਿ ਉਹ ਪਰਮੇਸ਼ਵਰ ਦਾ ਵਚਨ ਸਾਬਤ ਹੁੰਦੀ ਹੈ। ਪੋਪ ਫ੍ਰਾਂਸਿਸ ਆਪਣੇ ਪੱਤਰ ਇਵੈਂਜਲੀ ਗੌਡੀਅਮ ਦ ਜੋਏ ਆਫ ਦ ਗੋਸਪਲ 'ਚ ਸਾਰਿਆਂ ਨੂੰ ਆਪਣੇ ਲਈ ਬਾਈਬਲ ਦਾ ਧਿਆਨ ਕਰਨ ਨੂੰ ਕਹਿੰਦੇ ਹਨ। ਉਹਨਾਂ ਦਾ ਕਹਿਣਾ ਹੈ ਸਾਨੂੰ ਪਰਮੇਸ਼ਵਰ ਨੂੰ ਬਿਨਾਂ ਸੋਚੇ ਸਮਝੇ ਪਾਲਣਾ ਜਾਂ ਉਹਨਾਂ ਨੂੰ ਪਹਿਲਾਂ ਸਾਡੇ ਨਾਲ ਗੱਲ ਕਰਨ ਲਈ ਉਡੀਕਣਾ ਨਹੀਂ ਹੈ, ਕਿਉਂਕਿ ਉਹ ਪਹਿਲਾਂ ਗੱਲ ਕਰ ਚੁੱਕੇ ਹਨ। ਅਤੇ ਅਜਿਹਾ ਕੁਝ ਨਹੀਂ ਹੈ ਜੋ ਸਾਨੂੰ ਜਾਣਨਾ ਚਾਹੀਦਾ ਜੋ ਸਾਡੇ ਅੱਗੇ ਪ੍ਰਗਟ ਨਹੀਂ ਕੀਤਾ ਗਿਆ। ਆਓ ਪ੍ਰਗਟ ਕੀਤੇ ਵਚਨ ਦੀ ਅਨਮੋਲ ਦੌਲਤ ਸਵੀਕਾਰ ਕਰੀਏ। 1600 ਸਾਲਾਂ ਦੇ ਸਮੇਂ ਦੇ ਦੌਰਾਨ ਬਾਈਬਲ ਨੂੰ ਘੱਟੋ ਘੱਟ 40 ਲੇਖਕਾਂ ਨੇ ਲਿਖਿਆ ਹੈ, ਜਿਵੇਂ ਕਿ ਰਾਜਿਆਂ ਨੇ, ਗਿਆਨੀਆਂ, ਗਰੀਬ ਲੋਕਾਂ, ਦਾਰਸ਼ਨਿਕਾਂ, ਮਛੁਆਰਿਆਂ, ਕਵੀਆਂ, ਰਾਜਨੀਤਿਕਾਂ, ਇਤਿਹਾਸਕਾਰਾਂ, ਪ੍ਰਚਾਰਕਾਂ, ਨਬੀਆਂ, ਡਾਕਟਰਾਂ, ਉਹਨਾਂ ਨੇ ਵੱਖ ਵੱਖ ਕਿਸਮ ਦਾ ਸਾਹਿਤ ਲਿਖਿਆ ਸੀ, ਜਿਵੇਂ ਇਤਿਹਾਸ, ਕਵਿਤਾ, ਅਗਮ ਵਾਕ ਅਤੇ ਪੱਤਰ ਹੈ। ਸੋ ਬਾਈਬਲ 100% ਮਨੁੱਖੀ ਲੇਖਕਾਂ ਦਾ ਕੰਮ ਹੈ, ਪਰ ਉਹ 100% ਪਰਮੇਸ਼ਵਰ ਤੋਂ ਵੀ ਪ੍ਰੇਰਿਤ ਹੈ। ਇਹ ਕਿਵੇਂ ਹੋ ਸਕਦਾ ਹੈ? ਲੰਡਨ ਵਿੱਚ ਸੇਂਟ ਪੌਲਸ ਕੈਥੀਡ੍ਰਲ ਸਰ ਕ੍ਰਿਸਟੋਫਰ ਬ੍ਰੈਨ ਨੇ ਬਣਾਇਆ ਸੀ, ਜੋ ਆਪਣੇ ਸਮੇਂ ਦੇ ਸਭ ਤੋਂ ਮਹਾਨ ਅੰਗਰੇਜ਼ ਆਰਕੀਟੈਕਟ ਵਾਸਤੂ ਸ਼ਿਲਪ ਸਨ। 1675 ਵਿੱਚ ਉਹ ਬਣਨਾ ਆਰੰਭ ਹੋਇਆ ਜਦੋਂ 43 ਸਾਲ ਦੇ ਸਨ ਅਤੇ 36 ਸਾਲਾਂ ਤੱਕ ਉਹਨਾਂ ਦੇ ਮਾਰਗਦਰਸ਼ਨ ਵਿੱਚ ਉਹ ਬਣਦਾ ਰਿਹਾ। ਉਹ 1711 ਵਿੱਚ ਪੂਰਾ ਹੋਇਆ ਜਦੋਂ 79 ਸਾਲ ਦੇ ਸਨ। ਬੇਸ਼ੱਕ ਕ੍ਰਿਸਟੋਫਰ ਬ੍ਰੈਨ ਨੇ ਸੇਂਟ ਪੌਲਸ ਕੈਥੀਡ੍ਰਲ ਬਣਾਇਆ, ਪਰ ਉਹਨਾਂ ਨੇ ਅਸਲ ਵਿੱਚ ਇੱਕ ਪੱਥਰ ਵੀ ਨਹੀਂ ਰੱਖਿਆ ਸੀ। ਉਹਦੇ ਵਿੱਚ ਕਈ ਬੰਦੇ ਸ਼ਾਮਿਲ ਸਨ, ਰਾਜ ਮਿਸਤਰੀ, ਤਰਖਾਣ, ਮਜ਼ਦੂਰ ਅਤੇ ਕਲਾਕਾਰ। ਪਰ ਸਰ ਕ੍ਰਿਸਟੋਫਰ ਬ੍ਰੈਨ ਉਸ ਸਭ ਦੇ ਪਿੱਛੇ ਪ੍ਰੇਰਣਾ ਸਨ। ਬਾਈਬਲ ਦੇ ਵੀ ਕਈ ਵੱਖ ਵੱਖ ਲੇਖਕ ਸਨ, ਪਰ ਇੱਕ ਆਰਕੀਟੈਕਟ ਹੈ। ਉਸ ਸਭ ਦੇ ਪਿੱਛੇ ਇੱਕ ਪ੍ਰੇਰਣਾ ਸੀ, ਪਰਮੇਸ਼ਵਰ ਆਪ। ਇਹਦਾ ਇਹ ਮਤਲਬ ਨਹੀਂ ਕਿ ਕੋਈ ਸਮੱਸਿਆ ਨਹੀਂ ਸੀ। ਪਤਰਸ ਰਸੂਲ ਨੇ ਪੌਲੁਸ ਦੇ ਕੁਝ ਪੱਤਰਾਂ ਬਾਰੇ ਇਹ ਕਿਹਾ ਕਿ ਉਹਨਾਂ 'ਚ ਕੁਝ ਗੱਲਾਂ ਹਨ ਜੋ ਮੈਨੂੰ ਸਮਝਣ 'ਚ ਔਖੀਆਂ ਲੱਗਦੀਆਂ ਹਨ। ਬਾਈਬਲ ਵਿੱਚ ਬੇਸ਼ੱਕ ਬਹੁਤ ਸਾਰੀਆਂ ਘਟਨਾਈਆਂ ਹਨ, ਨੈਤਿਕ ਅਤੇ ਇਤਿਹਾਸਿਕ ਘਟਨਾਈਆਂ ਅਤੇ ਵਿਰੋਧੀ ਗੱਲਾਂ। ਕੀ ਤੁਸੀਂ ਕਦੇ ਪੁਰਾਣੇ ਨੇਮ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ? ਉਹਦੇ 'ਚ ਕੁਝ ਗੱਲਾਂ ਤੋਂ ਤੁਹਾਨੂੰ ਧੱਕਾ ਲੱਗੇਗਾ ਅਤੇ ਤੁਸੀਂ ਸ਼ਾਇਦ ਸੋਚੋ ਇਹ ਕਿਵੇਂ ਪਰਮੇਸ਼ਵਰ ਤੋਂ ਪ੍ਰੇਰਿਤ ਹੋ ਸਕਦਾ ਹੈ। ਇਹ ਥੋੜ੍ਹਾ ਕਸ਼ਟਾਂ ਅਤੇ ਪਰਮੇਸ਼ਵਰ ਦੇ ਪ੍ਰੇਮ ਵਾਂਗ ਹੈ। ਮਸੀਹਤ ਦੀ ਨਿਊ ਹੈ ਪਰਮੇਸ਼ਵਰ ਦਾ ਪ੍ਰੇਮ, ਪਰ ਉਹਦੇ ਬਾਅਦ ਤੁਸੀਂ ਦੁਨੀਆ ਵੱਲ ਵੇਖਦੇ ਅਤੇ ਉਹਦੇ 'ਚ ਬਹੁਤ ਸਾਰੇ ਕਸ਼ਟ ਵੇਖਦੇ ਹੋ। ਤਾਂ ਤੁਸੀਂ ਸੋਚਦੇ ਹੋ ਅਸੀਂ ਕਿਵੇਂ ਪਰਮੇਸ਼ਵਰ ਦੇ ਪ੍ਰੇਮ ਅਤੇ ਦੁਨੀਆ 'ਚ ਕਸ਼ਟਾਂ ਨੂੰ ਇਕੱਠੇ ਬਣਾਏ ਰੱਖ ਸਕਦੇ ਹਾਂ? ਇਹ ਸੌਖਾ ਨਹੀਂ ਹੈ। ਅਤੇ ਉੱਦਾਂ ਹੀ ਅਸੀਂ ਕਿਵੇਂ ਬਾਈਬਲ ਦੀ ਪ੍ਰੇਰਣਾ ਅਤੇ ਉਹਨਾਂ ਕਸ਼ਟਾਂ ਨੂੰ ਇਕੱਠੇ ਬਣਾਏ ਰੱਖ ਸਕਦੇ ਹਾਂ ਜੋ ਅਸੀਂ ਬਾਈਬਲ 'ਚ ਪੜ੍ਹਦੇ ਹਾਂ?
ਇਹ ਇਹਨਾਂ ਚੋਂ ਕੁਝ ਵਿਰੋਧਾਂ ਨੂੰ ਤਾਂ ਅਸੀਂ ਪਾਰ ਕਰ ਸਕਦੇ ਹਾਂ ਇਹ ਸਮਝ ਕੇ ਕਿ ਅਸੀਂ ਕਿਹੋ ਜਿਹਾ ਸਾਹਿਤ ਪੜ੍ਹ ਰਹੇ ਹਾਂ ਅਤੇ ਉਹ ਕਿਸ ਸੰਦਰਭ ਵਿੱਚ ਲਿਖਿਆ ਗਿਆ ਸੀ ਅਤੇ ਅਸੀਂ ਇਹ ਵੇਖਣਾ ਹੈ ਕਿ ਯੇਸੂ ਉਹਨਾਂ ਨੂੰ ਸਮਝਣ ਦਾ ਉਪਾਅ ਹਨ ਜੋ ਅਸੀਂ ਪੜ੍ਹਦੇ ਹਾਂ ਯੇਸੂ ਦਰਅਸਲ ਪ੍ਰੇਮ ਹਨ ਉਹ ਪਰਮੇਸ਼ਰ ਦੇ ਸਭ ਤੋਂ ਉੱਤਮ ਪ੍ਰਗਟੀਕਰਨ ਹਨ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਪਰਮੇਸ਼ਰ ਕਿਵੇਂ ਹਨ ਉਹ ਬਿਲਕੁਲ ਯੇਸੂ ਵਾਂਗ ਹਨ ਮੈਂ ਵੇਖਿਆ ਹੈ ਕਿ ਅਸੀਂ ਜਿੰਨਾ ਵੱਧ ਮੰਨਦੇ ਹਾਂ ਕਿ ਬਾਈਬਲ ਪਰਮੇਸ਼ਰ ਤੋਂ ਪ੍ਰੇਰਿਤ ਹੈ ਉਨਾ ਹੀ ਅਸੀਂ ਵੱਧ ਸਮਝਦੇ ਹਾਂ ਉਹ ਸਭ ਤੋਂ ਵੱਡਾ ਤਰੀਕਾ ਜਿਸ ਰਾਹੀਂ ਪਰਮੇਸ਼ਵਰ ਸਾਡੇ ਨਾਲ ਸੰਪਰਕ ਕਰ ਰਹੇ ਹਨ ਉਹ ਹੈ ਬਾਈਬਲ ਦੇ ਦੁਆਰਾ ਉਹ ਉਹਨਾਂ ਦਾ ਪ੍ਰਗਟ ਹੋਣਾ ਹੈ ਕਈ ਵਾਰ ਲੋਕ ਪੁੱਛਦੇ ਹਨ ਜੇ ਪਰਮੇਸ਼ਵਰ ਹਨ ਤਾਂ ਉਹ ਆਪਣੇ ਆਪ ਨੂੰ ਵਿਖਾਉਂਦੇ ਕਿਉਂ ਨਹੀਂ ਆਪਣੇ ਆਪ ਨੂੰ ਪ੍ਰਗਟ ਕਿਉਂ ਨਹੀਂ ਕਰਦੇ ਉਹਨਾਂ ਦਾ ਜਵਾਬ ਹੈ ਕਿ ਪਹਿਲਾਂ ਤਾਂ ਪਰਮੇਸ਼ਵਰ ਨੇ ਆਪਣੇ ਆਪ ਨੂੰ ਸ੍ਰਿਸ਼ਟੀ ਰਾਹੀਂ ਪ੍ਰਗਟ ਕੀਤਾ ਹੈ ਜ਼ਬੂਰ ਲੇਖਕ ਕਹਿੰਦਾ ਹੈ ਆਕਾਸ਼ ਪਰਮੇਸ਼ਵਰ ਦੀ ਮਹਿਮਾ ਦਾ ਵਰਣਨ ਕਰਦੇ ਹਨ ਅਤੇ ਅੰਬਰ ਉਸ ਦੀ ਦਸਤਕਾਰੀ ਵਿਖਲਾਉਂਦਾ ਹੈ ਇਹ ਇੱਦਾਂ ਹੈ ਜਦ ਤੁਸੀਂ ਕਿਸੇ ਪਹਾੜ 'ਤੇ ਜਾਂਦੇ ਹੋ ਅਤੇ ਸ੍ਰਿਸ਼ਟੀ ਦੀ ਮਨੋਹਰਤਾ ਨੂੰ ਵੇਖਦੇ ਹੋ ਉਹਦੀ ਉੱਤਮਤਾ ਅਤੇ ਅਦਭੁਤ ਨਜ਼ਾਰੇ ਵੇਖਦੇ ਹੋ ਅਤੇ ਕਹਿੰਦੇ ਹੋ ਵਾਹ ਜ਼ਰੂਰ ਇੱਕ ਪਰਮੇਸ਼ਵਰ ਹਨ ਜਦ ਤੁਸੀਂ ਰਾਤ ਨੂੰ ਆਕਾਸ਼ ਵੇਖਦੇ ਹੋ ਅਤੇ ਸਾਰੇ ਤਾਰਿਆਂ ਨੂੰ ਵੇਖਦੇ ਹੋ ਤਾਂ ਇਹ ਕਹਿੰਦੇ ਹੋ ਕਿਸੇ ਨੇ ਸਭ ਬਣਾਇਆ ਹੈ ਇਹ ਸੱਚ ਕਿ ਅਸੀਂ ਇੱਥੇ ਹਾਂ ਇਹ ਸੱਚ ਕਿ ਕੁਝ ਨਾ ਹੋਣ ਦੀ ਥਾਂ 'ਤੇ ਕੁਝ ਹੈ ਇੱਕ ਰਚਣਹਾਰ ਦੇ ਵੱਲ ਇਸ਼ਾਰਾ ਕਰਦਾ ਹੈ ਪੂਰੇ ਬ੍ਰਹਿਮੰਡ ਦਾ ਤਾਲਮੇਲ ਕੇਵਲ ਪਰਮੇਸ਼ਵਰ ਹੀ ਉਹ ਕਰ ਸਕਦੇ ਹਨ ਇਹ ਸੱਚ ਕਿ ਸਾਨੂੰ ਕੁਝ ਹੋਰ ਦੀ ਇੱਛਾ ਦੇ ਨਾਲ ਰਚਿਆ ਗਿਆ ਹੈ ਪਰਮੇਸ਼ਵਰ ਲਈ ਇੱਛਾ ਨਾਲ ਸੋ ਪਰਮੇਸ਼ਵਰ ਨੇ ਆਪਣੇ ਨੂੰ ਸ੍ਰਿਸ਼ਟੀ ਵਿੱਚ ਪ੍ਰਗਟ ਕੀਤਾ ਹੈ ਪਰ ਉਹਦੇ ਤੋਂ ਵੱਧ ਪਰਮੇਸ਼ਵਰ ਨੇ ਆਪਣੇ ਆਪ ਨੂੰ ਇੱਕ ਮਨੁੱਖ ਯੇਸੂ ਵਿੱਚ ਪ੍ਰਗਟ ਕੀਤਾ ਹੈ ਪਰ ਅਸੀਂ ਯੇਸੂ ਬਾਰੇ ਕਿਵੇਂ ਜਾਣਦੇ ਹਾਂ ਬਾਈਬਲ ਉਹ ਜਾਣਨ ਦਾ ਅਹਿਮ ਤਰੀਕਾ ਹੈ ਨਵੇਂ ਨੇਮ ਬੇਸ਼ੱਕ ਯੇਸੂ ਬਾਰੇ ਹਨ ਪਰ ਪੁਰਾਣੇ ਨੇਮ ਵੀ ਜੇਕਰ ਤੁਸੀਂ ਇੱਕ ਵਾਰ ਯੇਸੂ ਦੇ ਲੈਂਸ ਵਿੱਚੋਂ ਵੇਖੋਗੇ ਤੁਸੀਂ ਵੇਖੋਗੇ ਕਿ ਉਹ ਵੀ ਇੱਕ ਹਸਤੀ ਬਾਰੇ ਹਨ ਯੇਸੂ ਦੀ ਹਸਤੀ ਦੇ ਬਾਰੇ ਸੋ ਵਿਗਿਆਨ ਉਸ ਤਰੀਕੇ ਨੂੰ ਖੋਜਣਾ ਹੈ ਜਿਹਦੇ 'ਚ ਪਰਮੇਸ਼ਵਰ ਨੇ ਆਪਣੇ ਨੂੰ ਸ੍ਰਿਸ਼ਟੀ ਵਿੱਚ ਪ੍ਰਗਟ ਕੀਤਾ ਹੈ ਇਸ ਲਈ ਵਿਗਿਆਨ ਬਹੁਤ ਮਹੱਤਵਪੂਰਨ ਹੈ ਬਹੁਤ ਸ਼ਾਨਦਾਰ ਹੈ ਬਹੁਤ ਮਜ਼ੇਦਾਰ ਹੈ ਧਰਮ ਦਾ ਅਧਿਐਨ ਇਹਦੀ ਖੋਜ ਹੈ ਕਿ ਪਰਮੇਸ਼ਵਰ ਨੇ ਕਿਵੇਂ ਆਪਣੇ ਨੂੰ ਯੇਸੂ ਅਤੇ ਬਾਈਬਲ ਵਿੱਚ ਪ੍ਰਗਟ ਕੀਤਾ ਹੈ ਇਸ ਲਈ ਵਿਸ਼ਵਾਸ ਅਤੇ ਵਿਗਿਆਨ ਵਿੱਚ ਕੋਈ ਵਿਰੋਧ ਨਹੀਂ ਹੋਣਾ ਚਾਹੀਦਾ ਲੋਕਾਂ ਵਿੱਚ ਇਹ ਆਮ ਭਾਵਨਾ ਹੁੰਦੀ ਹੈ ਕਿ ਵਿਗਿਆਨ ਅਤੇ ਪਰਮੇਸ਼ਰ ਦਾ ਮੇਲ ਨਹੀਂ ਹੈ ਇਹ ਵਿਚਿੱਤਰ ਹੈ ਕਿਉਂਕਿ ਜੇ ਤੁਸੀਂ 16ਵੀਂ ਅਤੇ 17ਵੀਂ ਸਦੀ 'ਚ ਵਿਗਿਆਨ ਦੇ ਵਿਸਤਾਰ ਬਾਰੇ ਸੋਚੋਗੇ ਉਹਦੇ ਸਾਰੇ ਆਗੂ ਪਰਮੇਸ਼ਰ 'ਤੇ ਵਿਸ਼ਵਾਸ ਕਰਦੇ ਸਨ ਉਹ ਸਾਰੇ ਸਗੋਂ ਕਿਸੇ ਨਾ ਕਿਸੇ ਤਰ੍ਹਾਂ ਮਸੀਹੀ ਸਨ ਜਿਵੇਂ ਕਿ ਗਲੀਲੀਓ ਕੈਪਲਰ ਨਿਊਟਨ ਵਗੈਰਾ ਕੈਪਲਰ ਦਾ ਕਹਿਣਾ ਮਸ਼ਹੂਰ ਹੈ ਕਿ ਅਸੀਂ ਪਰਮੇਸ਼ਰ ਤੋਂ ਬਾਅਦ ਉਹਨਾਂ ਦੇ ਵਿਚਾਰ ਸੋਚਦੇ ਹਾਂ ਸੋ ਪਰਮੇਸ਼ੁਰ ਵਿੱਚ ਉਹਨਾਂ ਦਾ ਵਿਸ਼ਵਾਸ ਉਹਨਾਂ ਦੇ ਵਿਗਿਆਨ ਵਿੱਚ ਰੋੜਾ ਨਹੀਂ ਬਣਿਆ ਸਗੋਂ ਉਹਨੂੰ ਚਲਾਉਣ ਵਾਲਾ ਇੰਜਨ ਬਣਿਆ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਸੀ ਕਿ ਬ੍ਰਹਿਮੰਡ ਦਾ ਇੱਕ ਸਿਰਜਣਹਾਰ ਅਤੇ ਇੱਕ ਬੁੱਧੀਮਾਨ ਆਤਮਾ ਸੀ ਉਹਨਾਂ ਨੇ ਸੋਚਿਆ ਕਿ ਖੋਜ ਕਰਨਾ ਸਾਰਥਕ ਸੀ ਅਤੇ ਇਸ ਲਈ ਉਹਨਾਂ ਨੇ ਇਹ ਕੀਤੀ ਮੈਨੂੰ ਇਹ ਕਹਿੰਦਿਆਂ ਕੋਈ ਸ਼ਰਮ ਨਹੀਂ ਕਿ ਮੈਂ ਇੱਕ ਵਿਗਿਆਨਿਕ ਅਤੇ ਮਸੀਹੀ ਦੋਵੇਂ ਹਾਂ ਕਿਉਂਕਿ ਮਸੀਹਤ ਨੇ ਹੀ ਮੈਨੂੰ ਮੇਰਾ ਵਿਸ਼ਾ ਦਿੱਤਾ ਹੈ ਅਸੀਂ ਪਰਮੇਸ਼ੁਰ ਦੇ ਪ੍ਰਗਟੀਕਰਨ ਦਾ ਅਧਿਐਨ ਕਰਦੇ ਹਾਂ ਇਸ ਸੁੰਦਰ ਸੰਸਾਰ ਅਤੇ ਬਾਈਬਲ ਦੋਹਾਂ 'ਚ ਉਹਨਾਂ ਮਨਾਂ ਦੁਆਰਾ ਜੋ ਪਰਮੇਸ਼ੁਰ ਨੇ ਸਾਨੂੰ ਦਿੱਤੇ ਹਨ ਮੈਨੂੰ ਵਿਸ਼ਵਾਸ ਹੈ ਕਿ ਇਹਨਾਂ ਦੋਹਾਂ ਪੱਖਾਂ ਵਿੱਚ ਕੋਈ ਵਿਰੋਧ ਨਹੀਂ ਹੁੰਦਾ ਜੇ ਚੰਗੀ ਤਰ੍ਹਾਂ ਸਮਝਿਆ ਜਾਏ ਇੰਜੀਲ ਤੋਂ ਸਾਫ਼ ਹੈ ਕਿ ਯੇਸੂ ਪੁਰਾਣੇ ਨੇਮਾਂ ਦੇ ਵਚਨਾਂ ਨੂੰ ਪਰਮੇਸ਼ੁਰ ਤੋਂ ਪ੍ਰੇਰਿਤ ਸਮਝਦੇ ਸਨ ਉਹਨਾਂ ਲਈ ਵਚਨ ਉਹ ਕਹਿੰਦਾ ਸੀ ਜੋ ਪਰਮੇਸ਼ੁਰ ਕਹਿੰਦੇ ਸਨ ਅਤੇ ਸਾਰੀ ਦੁਨੀਆਂ ਦੇ ਗਿਰਜਿਆਂ ਦਾ ਜੁਗਾਂ ਤੋਂ ਇਹੋ ਨਜ਼ਰੀਆ ਰਿਹਾ ਕਿ ਬਾਈਬਲ ਪ੍ਰੇਰਿਤ ਹੈ ਉਹ ਜਿਉਣ ਦੇ ਤਰੀਕੇ ਬਾਰੇ ਸਾਡੀ ਅਧਿਕਾਰੀ ਹੈ ਸੰਤ ਪੌਲਸ ਕਹਿੰਦੇ ਹਨ ਕਿ ਬਾਈਬਲ ਸਾਨੂੰ ਉਸ ਖਾਣ ਲਈ ਲਾਭਦਾਇਕ ਹੈ ਕੀ ਸੱਚ ਹੈ ਅਤੇ ਇਹ ਅਨੁਭਵ ਕਰਾਉਣ ਲਈ ਕਿ ਸਾਡੇ ਜੀਵਨਾਂ 'ਚ ਕੀ ਗਲਤ ਹੈ ਉਹ ਸਾਨੂੰ ਦੋਸ਼ ਦੱਸਦੀ ਹੈ ਜਦ ਅਸੀਂ ਗਲਤ ਹੁੰਦੇ ਹਾਂ ਅਤੇ ਸਹੀ ਕਰਨਾ ਸਿਖਾਉਂਦੀ ਹੈ ਬਾਈਬਲ ਅਜਿਹੀ ਵਿਵਹਾਰਕ ਬੁੱਧੀਮਾਨੀ ਅਤੇ ਸੰਬੰਧਾਂ ਲਈ ਸਿਧਾਂਤਾਂ ਨਾਲ ਭਰੀ ਹੈ ਕਿਵੇਂ ਹੋਰਾਂ ਨੂੰ ਪ੍ਰੇਮ ਅਤੇ ਮਾਫ਼ ਕਰਨਾ ਹੈ ਸਵਸਥ ਜੀਵਨ ਬਾਰੇ ਸਲਾਹ ਬੱਚਿਆਂ ਦੀ ਪਰਵਰਿਸ਼ ਵਗੈਰਾ ਜੀਵਨ ਬਾਰੇ ਸਲਾਹ ਉਹ ਜੀਵਨ ਤੋਂ ਸਭ ਤੋਂ ਵੱਧ ਪ੍ਰਾਪਤ ਕਰਨ ਲਈ ਸਾਨੂੰ ਨਿਰਦੇਸ਼ ਅਤੇ ਸੀਮਾ ਦਿੰਦੀ ਹੈ ਤੁਸੀਂ ਸ਼ਾਇਦ ਸੋਚੋਗੇ ਉਹ ਤਾਂ ਕੇਵਲ ਨਿਯਮਾਂ ਦੀ ਕਿਤਾਬ ਲੱਗਦੀ ਹੈ ਉਹ ਮੇਰੀ ਆਜ਼ਾਦੀ ਖੋਹ ਲਵੇਗੀ ਪਰ ਅਸਲ 'ਚ ਸਾਨੂੰ ਸਾਰਿਆਂ ਨੂੰ ਨਿਯਮਾਂ ਦੀ ਲੋੜ ਹੈ ਮੰਨ ਲਓ ਜੇ ਖੇਡਾਂ ਦੇ ਕੋਈ ਨਿਯਮ ਜਾਂ ਸੀਮਾ ਨਾ ਹੁੰਦੀ ਤਾਂ ਖੇਡਣਾ ਅਸੰਭਵ ਹੁੰਦਾ ਅਤੇ ਉਹ ਵੇਖ ਕੇ ਵੀ ਬਹੁਤ ਉਲਝਣ ਹੁੰਦੀ ਅਤੇ ਇਸ ਚਤੁਰ ਖਿਲਾੜੀ ਬਿੱਲ ਕਨੋਡਲ ਨੂੰ ਵਾਪਸ ਇੱਥੇ ਟਰੈਕ 'ਤੇ ਆਉਣਾ ਹੀ ਸੀ 14ਵੀਂ ਵਾਰੀ ਦਲਦਲ 'ਚ ਫਸਣ ਤੋਂ ਬਾਅਦ ਹੁਣ ਲੱਗਦਾ ਹੈ ਉਹ ਸ਼ਾਟ ਦੇਣ ਲਈ ਤਿਆਰ ਹੈ
वाह बहुत वधिया चाल सी कनूडल द्वारा एक होर वधिया चाल सी ओ सचमुच अपने खेड विच माहिर है इत्थे दोवां खिडारियां विच बराबरी दा मुकाबला है जेफिस ने देर ना करके काबू कर लिया है वाओ हेग मैं सोच रहा सी कि सानू अजिहा कुछ वेखण नू जरूर मिलेगा ए टीम अजिही चालाकी परे कारनामे लई जानी जांदी है जे जीवन विच कोई नेम जां सीमा ना हुंदी तां साडे जीवन दा बुरा हाल हुंदा परमेश्वर ने सानू जीवन दे तरीके बारे निर्देश दित्ते हन इस लई नहीं कि उन्हां नू असी पसंद नहीं जां उह सानू दुखी करना चाहुंदे हन पर इस लई कि उह सानू प्रेम करदे हन सच्ची आजादी असल च इह जाणन तों मिलदी है कि सब परमेश्वर दे अधीन है अते कुछ नियम जां सीमा है हां जी असी जाणदे हां कि जिहड़े बच्चे बिना किसी सीमा दे वड्डे हुंदे हन असुरक्षित अते दुखी हुंदे हन साडे नाल वी इहो हुंदा है असल विच प्रेम करके सीमा तय कीती जांदी परमेश्वर ने यह नहीं कहा कि तू खून ना कर क्योंकि वह साडा आनंद बिगाड़ना चाहते सन और उन्होंने यह नहीं कहा कि तू जिना ना कर क्योंकि रुकावट पाना चाहते सन वह नहीं चाहते कि लोगों को दुख होवे वह तुहानू प्रेम करते हैं बाइबल दे द्वारा परमेश्वर ने गल कीती है अते बाइबल दे द्वारा अजे भी गल करते हैं बाइबल का परमेश्वर वालों प्रेम पत्र कह के बखान किया गया है जब तुसी किसी अजिहे तो पत्र प्राप्त करते हो जिन्हों तुसी प्यार करते हो तुसी वो पत्र सामभते हो मैं हर वो पत्र सामभ के रखा जो मेरी पत्नी पिपा ने मैंने लिखा है इसलिए नहीं कि वह महत्वपूर्ण हैं सगो बंदा है जिन्हें लिखे हैं यीशु ने कहा तुसी चौकसी नाल वचन का अध्ययन करते हो क्योंकि तुसी सोचते हो उदों तुहानू सदीपक जीवन प्राप्त होगा ये वो वचन हैं जो मेरे बारे साखी देंदे हैं फिर भी तुसी मेरे कोल आके जीवन प्राप्त करन तो मना करदे हो अते बाइबल उहदे नाल गलबात है जिन्हों असी प्रेम करदे हाँ जां उहनू परमेश्वर वल्लों प्रेम पत्र कह लो अते ओहो उहनू पढ़ना इन्ना उत्साह भरिया बनांदा है यीशु ये साफ करदे हन कि बाइबल दा मकसद उहनू केवल उहदे लई पढ़ना नहीं सगो बाइबल दा मकसद है साडा यीशु मसीह नाल संबंध बनाउणा ओह कहिंदे ने कि इस किताब दा पूरा मकसद है तुहानू एक संबंध दे विच लैके आउणा ते ओह संबंध ही सब तो वध महत्वपूर्ण है मेरा एक अर्ल स्मिथ नां दा मित्र सी ओहदे परिवार च सारे धनी सन अर्ल इन्ना अमीर सी कि ओहनू कम करन दी लोड़ नहीं सी ओहदी थां ते ओहने ड्रग्स लैणे आरंभ कर दित्ते इन्ने हार्ड ड्रग्स कि वह 30 साल की उम्र च हस्पताल पुज गया कोई उन्हें वेखण आया अते उन्हें पेंट विच दित्ती नवे नेमां दी प्रति अर्ल बहुत प्रसन्न होया क्योंकि उन्हें सोचा कि नवी बाइबल दे पन्ने गोल घुमा के जॉइंट्स बनाने लई उत्तम सन अते उन्हें मत्ती मरकुस लूका दी अंजील नाल इहो कीता अते जद वह यूहन्ना दी अंजील ते पुज्या तां उन्हें पढ़ना आरंभ किया यूहन्ना दी अंजील पढ़ के अर्ल येसू ते विश्वास करन लगा अते ओदा जीवन पहले वर्गा नहीं रहा उन्हें ओदी हर गल उत्ते आले दुआले सारयां नू प्रभावित किया ओदी मनोविज्ञानिक नू भी जो टॉमी नां दी इक सोहणी डॉक्टर सी टॉमी नू समझ नहीं आ रहा सी उन्हें अर्ल नू कहा मैनू समझ नहीं आती मेरे को सब कुछ है वधिया नौकरी पैसे परिवार मित्र फिर भी अंदरों मैं पूरा खाली अनुभव करती हाँ पर तुहाडा जीवन बुरे हाल च सी पर फिर भी तुहानू बेअंत शांति है इसलिए अर्ल ने ਉਹਨੂੰ ਉਹ ਸਭ ਦੱਸਿਆ ਜੋ ਉਹਨੇ ਬਾਈਬਲ 'ਚ ਪੜ੍ਹਿਆ ਸੀ ਉਹਨੇ ਸਮਝਾਇਆ ਕਿ ਯੇਸੂ ਮਸੀਹ ਰਾਹੀਂ ਪ੍ਰੇਮ ਕੀਤੇ ਜਾਣ 'ਤੇ ਉਸਨੂੰ ਕੀ ਅਨੁਭਵ ਹੁੰਦਾ ਹੈ ਅਰਲ ਨੇ ਟੌਮੀ ਦੀ ਯੇਸੂ ਨਾਲ ਅਗਵਾਈ ਕੀਤੀ ਉਹਦੇ ਬਾਅਦ ਉਹਦੇ ਨਾਲ ਵਿਆਹ ਕੀਤਾ ਅਰਲ ਅਤੇ ਮੈਂ ਬਾਈਬਲ ਕਾਲਜ ਵਿੱਚ ਇਕੱਠੇ ਟ੍ਰੇਨਿੰਗ ਲਈ ਪਰਮੇਸ਼ੁਰ ਬਹੁਤ ਵਿਆਕੁਲ ਹਨ ਸਾਡੇ ਨਾਲ ਸੰਪਰਕ ਕਰਨ ਲਈ ਸਾਡੇ ਨਾਲ ਸੰਬੰਧ ਬਣਾਉਣ ਲਈ ਯੂਹੰਨਾ ਦੇ ਅੰਜੀਲ ਦੇ ਅੰਤ ਵਿੱਚ ਕਿਹਾ ਹੈ ਇਹ ਲਿਖਿਆ ਗਿਆ ਹੈ ਕਿ ਤਾਂ ਜੋ ਤੁਹਾਨੂੰ ਵਿਸ਼ਵਾਸ ਹੋਵੇ ਕਿ ਯੇਸੂ ਮਸੀਹ ਹਨ ਪਰਮੇਸ਼ਰ ਦੇ ਪੁੱਤਰ ਹਨ ਅਤੇ ਇਹ ਕਿ ਵਿਸ਼ਵਾਸ ਦੁਆਰਾ ਤੁਹਾਨੂੰ ਜੀਵਨ ਪ੍ਰਾਪਤ ਹੋਵੇ ਸੋ ਇਸ ਸੰਬੰਧ ਵਿੱਚ ਸਮਾਂ ਲਗਾਉਣ ਦਾ ਪਰਮੇਸ਼ਰ ਤੋਂ ਸੁਣਨ ਅਤੇ ਯੇਸੂ ਨੂੰ ਜਾਣਨ ਦਾ ਉੱਤਮ ਤਰੀਕਾ ਹੈ ਬਾਈਬਲ ਪੜ੍ਹਨ ਦੇ ਦੁਆਰਾ ਬਹੁਤ ਉੱਚਾ ਮਕਸਦ ਬਣਾਉਣਾ ਬਹੁਤ ਸੌਖਾ ਹੈ ਜਿਵੇਂ ਕੋਈ ਕਹੇ ਕਿ ਮੈਂ ਰੋਜ਼ ਬਾਈਬਲ ਦੀ ਇੱਕ ਪੁਸਤਕ 'ਚੋਂ 1 ਘੰਟੇ ਲਈ ਪੜ੍ਹਾਂਗਾ ਇਹ ਬਹੁਤ ਉੱਚਾ ਮਕਸਦ ਹੈ ਜਾਂ ਫਿਰ ਉਹਨੂੰ ਗਲਤ ਸਮੇਂ 'ਤੇ ਕਰਨ ਦੀ ਚੋਣ ਕਰਨਾ ਉਹਦੇ ਲਈ ਤੁਸੀਂ ਸਵੇਰ 10 ਮਿੰਟ ਕੱਢ ਸਕਦੇ ਹੋ ਥੋੜਾ ਨਾਸ਼ਤਾ ਬਣਾਓ ਅਤੇ ਫਿਰ ਕੁਝ ਵਚਨ ਪੜ੍ਹੋ ਉਹਦੇ ਬਾਅਦ ਤੁਹਾਨੂੰ ਅਜਿਹੀ ਥਾਂ ਲੱਭਣੀ ਚਾਹੀਦੀ ਹੈ ਜਿੱਥੇ ਤੁਹਾਡਾ ਧਿਆਨ ਨਾ ਹਟੇ ਤੁਹਾਨੂੰ ਜੋ ਸਭ ਤੋਂ ਮਹੱਤਵਪੂਰਨ ਚੀਜ਼ ਦੀ ਲੋੜ ਹੈ ਉਹ ਹੈ ਯੋਜਨਾ ਫੈਸਲਾ ਕਰੋ ਕਿ ਤੁਸੀਂ ਕੀ ਪੜ੍ਹੋਗੇ ਮੈਂ ਸਲਾਹ ਦਿਆਂਗਾ ਕਿ ਕਿਸੇ ਅੰਜੀਲ ਤੋਂ ਆਰੰਭ ਕਰੋ ਨਵੇਂ ਨੇਮ 'ਚ ਯੇਸੂ ਦੇ ਜੀਵਨ ਦੇ ਬਾਰੇ 4 ਕਿਤਾਬਾਂ 'ਚੋਂ 1 'ਚੋਂ ਪੜ੍ਹ ਕੇ ਜਾਂ ਤੁਸੀਂ ਬਾਈਬਲ ਪੜ੍ਹਨ ਦੀ ਕੋਈ ਯੋਜਨਾ ਡਾਊਨਲੋਡ ਕਰ ਸਕਦੇ ਹੋ ਜਿਵੇਂ 1 ਸਾਲ 'ਚ ਬਾਈਬਲ ਬਾਈਬਲ ਪੜ੍ਹਨ ਦੇ ਕਈ ਤਰੀਕੇ ਹਨ ਤੁਹਾਨੂੰ ਉਹ ਤਰੀਕਾ ਲੱਭਣਾ ਜੋ ਤੁਹਾਡੇ ਲਈ ਕੰਮ ਕਰੇ ਅਤੇ ਉਹਦੇ 'ਚ ਬਹੁਤ ਸਾਦਗੀ ਰੱਖੋ
कुछ वचन पढ़ो, प्रार्थना करो अते परमेश्वर नू अपने नाल गल करन नू कहो। उदे बाद सोचो कि उना वचना दा तुहाडे लई की अर्थ है, ओ परमेश्वर दे चरित्र बारे की दसदियां हन, तुसी उदे तों की प्रेरणा लै सकते हो, ओ जीवन दियां चोणां च तुहाडा किवें मार्गदर्शन करदी है अते तुसी ओ सब ते किवें अमल कर सकते हो। चिंता ना करो, जे तुहाडे सामने कोई समस्या जां अजिहा कुछ आ जाए तुहानू समझ ना आवे, मैनूं ओह थोड़ी क्रॉसवर्ड पजल वांग लगदी है। असीं इक क्लू नाल आरंभ करदे हां ते कई वार साडे सामने अजिहा कुछ आउंदा है जिहदा असीं जवाब नहीं दे सकदे, पर तुहानू रुकना नहीं है, तुसीं अगले क्लू वल जाओ ते ओह शायद थोड़ा सौखा होवे ते फिर तुसीं कुछ क्लूज़ नूं भरना आरंभ कर दिओ ते ओह तुहानू अक्खर देणगे जो कठिन अक्खरां नूं समझण च मदद करेगा। ते मेरा बाइबल नाल भी कुछ अजिहा ही अनुभव है, मैं उन्हां सब गल्लां नाल संघर्ष करदा ते मैं जिन्ना वध उहदे नाल संघर्ष करदा मैनूं उन्ना वध ओह हिस्से समझ आउण लगदे ने जो मैं पढ़ रिहा हुंदा। जे तुसी परमेश्वर तों तुहाडे नाल बाइबल राही गल करन दी आस करदे हो तां करनगे, बहुत उत्साह भरिया हुंदा है उन्हां नाल इदां संपर्क करना। पिछले 40 सालां तों जद तों मैं मसीही हाँ मैं तकरीबन हर दिन बाइबल पढ़ी है, इसलिए नहीं कि मैं कोई दबाव अनुभव करदा पर इसलिए क्योंकि मैनूं ओह प्यारी है। ये इदां ही जिवें मैं रोज़ नाश्ता क्यों करदा, क्योंकि मैनूं ओह प्यारा है। मेरे लिए बाइबल ना पढ़ना एक बार रोटी ना खाण वर्गा, क्योंकि बाइबल मेरे लिए आत्मक खुराक है। मैं तुहानू प्रेरित करना चाहवांगा कि तुसी नेम नाल रोज़ बाइबल पढ़ो अते ये प्रार्थना करो कि परमेश्वर तुहाडे नाल गल करन। ओह बहुत शानदार अनुभव हुंदा है जद ओह करदे हन। मैनूं ओह समां याद आ रहा जद मेरे पिता 1981 विच पूरे होए, जद मैं मसीही बनया। मेरे मापियां चो एक भी गिरजे नहीं जांदा सी अते उहनां नूं उहदे बारे थोड़ी चिंता सी। अंत विच मेरी माँ एक समर्पित मसीही बन गई, पर मेरे पिता असल विच हमेशा मेरे विश्वास बारे ये कह लो कि चौकस रहिंदे सन अते उन्होंने कदे अजिहा संकेत नहीं दिता कि उन्हां नूं विश्वास सी। सो जद वह पूरे होए मैनू उन्हां दी कमी अनुभव हुई, मैनू उन्हां दी मौत तो बहुत धक्का लग्या सी, पर मैनू एक होर भी चिंता सी। मैनू एदी चिंता सी कि उन्हां नूं विश्वास सी जा नहीं, वह मसीही सन जा नहीं सन। उन्हां दे जाण तो 10 दिनां बाद मैं बाइबल पढ़ रहा सा ते मैनू अनुभव होया कि परमेश्वर एक वचन राही मेरे नाल गल कर रहे सन। वह रोमिया 10:13 सी जिदे अनुसार हरेक जड़ा प्रभु दा नाम लवेगा वह बचाया जाएगा। मैनू महसूस होया कि परमेश्वर उस वचन राही मैनू कह रहे सन तेरे पिता ने मेरा नाम लिया सी अते उन्हां दा बचा होया सी। मैनू उहदे तो बहुत तसली हुई अते बिल्कुल उसे वेले मेरी पत्नी पिपा ने कमरे च आके कहा, मैं एक वचन पढ़ रही सां जो मेरे ख्याल नाल तुहाडे पिता लई है, और रसूलां दे करतब 2:21 चो है अते उहदे अनुसार हरेक जड़ा प्रभु दा नाम लवेगा बचाया जावेगा। ते उह बहुत अद्भुत सी क्योंकि उह वचन नवें नियमां च केवल 2 वार है, उहने एक हिस्से चो पढ़िया अते मैं दूजे हिस्से विच पढ़िया। 3 दिनां बाद असीं एक निक्के दल च गए जिथे असीं बाइबल अध्ययन करदे हाँ अते असीं उत्थे रोमियो 10 दा अध्ययन कर रहे सां। असीं खास करके वचन 13 वेख ऐसा हरेक जड़ा प्रभु का नाम लवेगा वह बचाया जाएगा। सो इदा 3 दिनों च 3 वार होया परमेश्वर ने जिमें उस वचन द्वारा मेरे नाल गल की थी सी, पर मेरे च विश्वास का इन्ना घाटा सी कि अगले दिन कम ते जाते हुए मैं अजे भी उस सवाल बारे चिंता कर रहा सा। मैं जिमें ही ट्रेन विच्चों उतरिया मैं उपर वेख्या तो स्टेशन ते एक बहुत वड्डा बोर्ड लग्या होया सी अते उहदे ते लिखिया सी हरेक जड़ा प्रभु का नाम लवेगा ओ बचाया जावेगा। रोमिया 10:13 मैनू याद है। मैं अपने एक मित्र नू ओह गल दसी जो हुई सी अते उसने मैनू कहा कि तुसी सोचदे हो कि प्रभु शायद तुहाडे नाल गलबात करन दी कोशिश कर रहे ने। मैं तुहानू एक सवाल पुछदा कि तुसी ये सोचदे हो कि प्रभु शायद तुहाडे नाल गल करन दी कोशिश कर रहे ने, जे इदां है कि तुसी उहनां नू करन दोगे?